ਕਾ ਸਾਸਾ ਸਾਰੇ ਠੀਕ ਹੋ ਸੋ ਵੀਡੀਓ ਨਾਲ ਕਰਨੇ ਆ ਜੀ ਆਗਾਜ਼ ਮੌਜੂਦ ਹਾਂ ਇਸ ਵੇਲੇ ਜੀ ਬਿਲਕੁਲ ਰਕਾਵੀਆਂ ਨੇ ਹਨਗਾ ਜਿਹੜੀ ਦਰਬਾਰ ਹੈ ਬੇਸਿਕਲੀ ਅੱਜ ਥੋੜ੍ਹੀ ਜਿਹੀ ਇਸ ਨੂੰ ਵੀਡੀਓ ਬਣਾਸਾਂ ਅਤੇ ਨਾਲੇ ਥੋੜ੍ਹਾ ਜਿਹਾ ਜਿਹੜਾ ਬਟਲੀ ਨਾਲ ਏਰੀਆ ਕਵਰ ਕਰਸਾਂ ਕਿਉਂਕਿ ਮੌਸਮ ਇੰਤਹਾਈ ਸਾਫ਼ ਹੈ ਨੀਟ ਕਲੀਨ ਹੈ ਬਿਲਕੁਲ ਤਾਂ ਮੈਂ ਸੋਚਿਆ ਚਲੋ ਜਿਹੜਾ ਨਾ ਅੱਜ ਇੱਕ ਵੀਡੀਓ ਜਿਹੜੀ ਹੈ ਨਾ ਬਣਾਈ ਜਾਏ ਨਾਲੇ ਤ੍ਰੀਆ ਰੋਜ਼ਾ ਹੈ ਅੱਜ ਮਾਸ਼ਾਅੱਲਾ ਰਮਜ਼ਾਨ ਬਹੁਤ ਅੱਛਾ ਜਾਈ ਰਿਹਾ ਕਿਉਂਕਿ ਮੌਸਮ ਵੀ ਜਿਹੜਾ ਮਾਸ਼ਾਅੱਲਾ ਸਾਨੂੰ ਤੱਕੀ ਸਕਦਾ ਮੈਂ ਜਰਸੀ ਲਾਈ ਵੀ ਹੈ ਕਿਉਂਕਿ ਥੋੜ੍ਹੀ ਜਿਹੀ ਠੰਡ ਹੈ ਅਤੇ ਰਮਜ਼ਾਨ ਮਾਸ਼ਾਅੱਲਾ ਬਹੁਤ ਚੰਗਾ ਜਾਈ ਰਿਹਾ ਅੱਗੇ ਨਾ ਪਤਾ ਕੋਈ ਮੌਸਮ ਕਿਉਂਕਿ ਅੱਗੇ ਹੈ ਤਾਂ ਗਰਮੀ ਹੈ ਦਿਸਣੀ ਵੀ ਬੜਾ ਲੈ ਕੇ ਚਲੋ ਜੀ ਇਨਸ਼ਾਅੱਲਾ ਗੁਜ਼ਰੀ ਜਾਸੀ ਤਾਂ ਉਮੀਦ ਕਰਸਾਂ ਤੁਸਾਂ ਨੇ ਵੀ ਰੋਜ਼ੇ ਜਿਹੜੇ ਨਾ ਚੰਗੇ ਗੁਜ਼ਰ ਬਾਕੀ ਤਾਂ ਕਰਾਂ ਵੀ ਤੁਸੀਂ ਸਾਡੇ ਹਾਂ ਇਹ ਦਰਬਾਰ ਹੈ ਜੀ ਰੱਕਾ ਵਈ ਹੰਗਾ ਇਹ ਇੱਕ ਭਾਈ ਯਾਰ ਖਲਦੇ ਹੋਏ ਤਾਂ ਕੋ ਨਾ ਫਿਰ ਸੈੱਟ ਹੈ ਨਾ ਠੀਕ ਠਾਕ ਠੀਕ ਹੈ ਇਹ ਤਾਂ ਸਫਾਈ ਸਫਾਈ ਕਰੀ ਰਹੇ ਸੀ ਮਾਸ਼ਾਅੱਲਾ ਹਾਲੇ ਇਹਨਾਂ ਨੇ ਉਹ ਪਾਰ ਡੇਰਾ ਹੈ ਤਾਂ ਇਨਸ਼ਾਅੱਲਾ ਇੱਕ ਦੇੜਾ ਉਹਨਾਂ ਨੇ ਡੇਰੇ ਪੇਰੂ ਮਾਰਸਾਂ ਚੱਕਰ ਮਾਲ ਡੰਗਰ ਕਬੂਤਰਾਂ ਨੇ ਬੜੇ ਸ਼ੌਕੀਨ ਨੇ ਕਬੂਤਰ ਵੀ ਤੁਸੀਂ ਦੱਸਾਂ ਇਨਸ਼ਾਅੱਲਾ ਤਾਂ ਬਾਕੀ ਤੁਸੀਂ ਕਿ ਦਰਬਾਰਾਂ ਨਾਲ ਥੋੜ੍ਹਾ ਜਿਹਾ ਵੀ ਅੰਦਰੋਂ ਕਰਾਉਣੇ ਆ ਜੀ ਇਹ ਤਾਂ ਬਿਆਨ ਰਕਾਵੀ ਨੇ ਖੰਗਾ ਇਹਨੂੰ ਬਾਕੀ ਕਿਹਾ ਜੀ ਮਕਬਰਾ ਅੰਦਰ ਦੁਆ ਚੋ ਸਾ ਮੈਂ ਪਹਿਲੇ ਮੰਗੀ ਰਿਹਾ ਅਤੇ ਮੈਂ ਐਂਟਰੀ ਥੋੜ੍ਹੀ ਲੇਟ ਕਿੰਨਣ ਗਿਆ ਤੋ ਕੋ ਮਾਸ਼ਾਅੱਲਾ ਅੰਦਰ ਇਤਨਾ ਖੂਬਸੂਰਤ ਕਿਤਨੀ ਕਾਰਗਰੀ ਨਾਲ ਕੰਮ ਹੋਇਆ ਦੂਈ ਸਾਈਡ ਜੁੜੇ ਹਾਂ ਇੱਧਰੋਂ ਨਿਕਲੋ ਅਤੇ ਇਹ ਦੂਈ ਸਾਈਡ ਵੀ ਹੈ ਇੱਥੇ ਦੋ ਬੁਜ਼ੁਰਗ ਗਏ ਅਤੇ ਹੁਣ ਮੈਂ ਨਹੀਂ ਪਤਾ ਕਿ ਇਹਨਾਂ ਨੇ ਕਹਿ ਕਹਿ ਨਾ ਉਹਨੂੰ ਬੱਲਾ ਲਮ ਇਨਸ਼ਾਅੱਲਾ ਨੈਕਸਟ ਟਾਈਮ ਇਹਨਾਂ ਨੇ ਹਿਸਟਰੀ ਕੱਟ ਸਾਂ ਤਾਂ ਫਿਰ ਤੁਸਾਂ ਕੀ ਜਿਹੜਾ ਨਾਲ ਸ਼ੇਅਰ ਕਰ ਸਾਂ ਮਾਸ਼ਾਅੱਲਾ ਬਾਕੀ ਇਹ ਕੰਮ ਚੈੱਕ ਕਰੋ ਜੀ ਕਿਤਨਾ ਖੂਬਸੂਰਤ ਹੈ ਮੈਂ ਤੁਹਾਨੂੰ ਕਿ ਥੋੜ੍ਹਾ ਜਿਹਾ ਵਿਊ ਕਰਾਈ ਜੋੜਾਂ ਠੀਕ ਹੈ ਜੀ ਦੋਸਤੋ ਹੁਣ ਤੁਹਾਨੂੰ ਤੱਕੋ ਡਰੋਨ ਵੀਡੀਓ ਮੈਂ ਕਿ ਦਿਓ ਇਜਾਜ਼ਤ ਅੱਲਾ ਸੁਣਨ ਵਾਲਾ ਹੈ ਇਨਸ਼ਾਅੱਲਾ ਮਿਲਸਾ ਨੈਕਸਟ ਵੀਡੀਓ ਵਿੱਚ ਫੀ ਇਮਾਨ